ਮੇਰਾ ਨਾਮ ਡਾਕਟਰ ਉਪਿੰਦਰ ਸਿੰਘ ਘਈ ਹੈ। ਮੈਂ ਘਈ ਹੋਸਪਿਟਲ ਦਾ ਮਾਲਕ ਵੀ ਹਾਂ ਔਰ ਇੱਥੇ ਦਾ ਮੇਨ ਸਰਜਨ ਵੀ ਹਾਂ। ਮੈਂ 1980 ਦੇ ਵਿੱਚ ਮਾਸਟਰ ਆਫ ਸਰਜਰੀ ਦੀ ਡਿਗਰੀ ਮੈਡੀਕਲ ਕਾਲਜ ਅੰਮ੍ਰਿਤਸਰ ਤੋਂ ਪ੍ਰਾਪਤ ਕੀਤੀ ਸੀ ਔਰ ਉਸ ਤੋਂ ਬਾਅਦ ਮੈਂ ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਦੇ ਵਿੱਚ ਵੀ ਸੇਵਾ ਕੀਤੀ, ਸਿਵਲ ਹੋਸਪਿਟਲ ਜਲੰਧਰ ਵੀ ਰਿਹਾ। ਉਹਦੇ ਬਾਅਦ ਮੈਂ ਬਾਹਰ ਚਲਾ ਗਿਆ, 6 ਸਾਲ ਮੈਂ ਲੁਧਿਆਣਾ ਵਿੱਚ ਵੀ ਜਿਹੜਾ ਮੇਨ ਹੋਸਪਿਟਲ ਸੀ ਉੱਥੇ ਸੀਨੀਅਰ ਕੰਸਲਟੈਂਟ ਸੀ। ਵਾਪਸ ਆ ਕੇ ਮੈਂ ਗੁਰੂ ਨਾਨਕ ਮਿਸ਼ਨ ਹਸਪਤਾਲ 'ਚ ਸੇਵਾ ਕੀਤੀ ਔਰ 1996 ਤੋਂ ਕਈ ਹੋਸਪਿਟਲ ਜਿਹੜਾ ਗੁਰੂ ਤੇਗ ਬਹਾਦਰ ਨਗਰ ਜਲੰਧਰ ਵਿੱਚ ਹੈ ਉਹਨੂੰ ਚਲਾ ਰਹੇ ਹਾਂ। ਹਰਨੀਆ ਜਿਹੜੀ ਹੈ ਉਹ ਵੀ ਬੜੀ ਕਾਮਨ ਬਿਮਾਰੀ ਹੈ ਔਰ ਆਮ ਤੌਰ 'ਤੇ ਇਹ ਛੋਟੇ ਬੱਚਿਆਂ ਵਿੱਚ ਵੀ ਕਾਫੀ ਕਾਮਨ ਹੈ। ਕਈ ਵਾਰੀ ਮਾਂ ਪਿਓ ਆ ਕੇ ਦੱਸਦੇ ਆ ਕਿ ਬੱਚਾ ਜੋ ਰੋਂਦਾ ਤਾਂ ਉਹਦੇ ਨਲਾਂ ਵਿੱਚ ਸੋਜਿਸ਼ ਹੋ ਜਾਂਦੀ ਹੈ ਜਾਂ ਨਲਾਂ ਦਾ ਉੱਪਰ ਵਾਲਾ ਹਿੱਸਾ ਜਿਹੜਾ ਉਹ ਵੀ ਕਾਫੀ ਸੁੱਜ ਜਾਂਦਾ ਔਰ ਜਦੋਂ ਉਹਨੂੰ ਦੇਖਿਆ ਜਾਂਦਾ ਕਈ ਵਾਰੀ ਤਾਂ ਉਹਦੇ ਵਿੱਚ ਅਸੀਂ ਨਲਾਂ ਵੀ ਦੇਖਿਆ ਕਿ ਪਾਣੀ ਵੀ ਹੁੰਦਾ ਜਿਹੜਾ ਪੇਟ ਵਿੱਚ ਆਮ ਤੌਰ 'ਤੇ ਥੋੜ੍ਹਾ ਬਹੁਤ ਹੁੰਦਾ ਔਰ ਜਿਹਨਾਂ ਬੱਚਿਆਂ ਨੂੰ ਹਰਨੀਆਂ ਹੁੰਦਾ ਉਹ ਪਾਣੀ ਜਿਹੜਾ ਜਦੋਂ ਬੱਚਾ ਰੋਂਦਾ ਜਾਂ ਖੜ੍ਹਾ ਹੁੰਦਾ ਅਤੇ ਉਦੋਂ ਪਾਣੀ ਥੋੜ੍ਹਾ ਥੋੜ੍ਹਾ ਕਰਕੇ ਥੱਲੇ ਆ ਜਾਂਦਾ। ਕਈ ਵਾਰੀ ਤਾਂ ਜਿਹੜੇ ਬਿਲਕੁਲ ਛੋਟੇ ਬੱਚੇ ਆ ਅਗਰ ਉਹਨਾਂ ਦੀ ਆਪਾਂ ਵੇਟ ਕਰੀਏ ਤਾਂ 3-4-6 ਮਹੀਨੇ ਵਿੱਚ ਕਈ ਵਾਰੀ ਉਹ ਹਰਨੀਆਂ ਸੈਕ ਜਿਹੜਾ ਹੁੰਦਾ ਉਹ ਆਪਣੇ ਆਪ ਖਤਮ ਵੀ ਹੋ ਜਾਂਦਾ ਪਰ ਆਮ ਤੌਰ 'ਤੇ ਅਗਰ ਨਾ ਖਤਮ ਹੋਏ ਛੋਟੇ ਬੱਚਿਆਂ ਵਿੱਚ ਵੀ ਓਪਰੇਸ਼ਨ ਕਰਨ ਦੀ ਲੋੜ ਪੈ ਜਾਂਦੀ ਹੈ। ਹਰਨੀਆ ਦਾ ਮਤਲਬ ਇਹ ਹੁੰਦਾ ਬੇਸਿਕਲੀ ਕਿ ਇੱਕ ਚੀਜ਼ ਜਿਹੜੀ ਹੈ ਇੱਕ ਕੋਈ ਇਹੋ ਜਿਹੀ ਆਪਣੇ ਜਿਹੜੀ ਜਿਵੇਂ ਪੇਟ ਦੇ ਪੈਰੀਟੋਨੀਅਮ ਇੱਕ ਕਵਰਿੰਗ ਹੁੰਦੀ ਹੈ ਉਹ ਆਪਣੀ ਜਗ੍ਹਾ ਨੂੰ ਛੱਡਦੇ ਹੋਇਆਂ ਉਹ ਇੱਕ ਥੈਲੀ ਜਿਹੀ ਬਣਾ ਕੇ ਦੂਸਰੀ ਜਗ੍ਹਾ ਦੇ ਵਿੱਚ ਆ ਜਾਏ। ਉਹ ਆਮ ਤੌਰ 'ਤੇ ਉਦੋਂ ਹੁੰਦਾ ਜਦੋਂ ਕਿ ਸਾਡੇ ਅਬਡੋਮੀਨਲ ਵਾਲ ਜਿਹੜੀ ਪੇਟ ਦੀ ਜਿਹੜੀ ਤਹਿ ਹੈ ਉਹਦੇ 'ਚ ਕਮਜ਼ੋਰੀ ਹੋਏ ਅਤੇ ਕੋਈ ਵੀ ਨਾਲ ਆਪਣਾ ਕੋਈ ਪ੍ਰੈਸ਼ਰ ਪੈਂਦਾ ਜਿਵੇਂ ਕੋਈ ਕਿਸੇ ਨੂੰ ਖਾਂਸੀ ਦੀ ਬਿਮਾਰੀ ਹੈ, ਕਿਸੇ ਨੂੰ ਕਬਜ਼ੀ ਹੈ, ਕੋਈ ਪਿਸ਼ਾਬ ਕਰਨ ਲੱਗਿਆ, ਕੋਈ ਜ਼ਿਆਦਾ ਟਾਈਮ ਲਗਾਉਂਦਾ, ਜ਼ੋਰ ਲਗਾਉਂਦਾ, ਉਹਦੇ ਨਾਲ ਜਿਹੜਾ ਸਾਡਾ ਪੇਟ ਦਾ ਪ੍ਰੈਸ਼ਰ ਵੱਧਦਾ ਰਹਿੰਦਾ ਔਰ ਜਿਹੜੀ ਅਬਡੋਮੀਨਲ ਵਾਲ ਹੈ ਕਮਜ਼ੋਰ ਹੋ ਜਾਂਦੀ ਹੈ। ਉਹਦੇ ਵਿੱਚੋਂ ਫਿਰ ਜਿਹੜੀਆਂ ਪੇਟ ਦੀਆਂ ਦੂਜੀਆਂ ਜਿਹੜੀਆਂ ਤਹਿਵਾਂ ਪੈਰੀਟੋਨੀਅਮ ਉਹਦੇ ਵਿੱਚੋਂ ਪੁਸ਼ ਕਰਕੇ ਥੱਲੇ ਵੱਲ ਨੂੰ ਚਲੇ ਜਾਂਦੀ ਹੈ ਔਰ ਕਈ ਵਾਰੀ ਜਿਹੜੀ ਸਾਡੀਆਂ ਅੰਤੜੀਆਂ ਵਗੈਰਾ ਉਹਦੇ ਵਿੱਚ ਚਲੇ ਜਾਂਦੀਆਂ। ਹਰਨੀਆਂ ਕਈ ਪ੍ਰਕਾਰ ਦੇ ਹੁੰਦੇ ਪਰ ਜਿਹੜੇ ਅਸੀਂ ਗੱਲ ਕਰਾਂਗੇ ਜਿਹੜੇ ਕਾਮਨ ਹਰਨੀਆਂ, ਕਾਮਨ ਹਰਨੀਆਂ ਆਮ ਤੌਰ 'ਤੇ ਅਸੀਂ ਉਹਨੂੰ ਕਹਿੰਦੇ ਇੰਗੋਇਲਨ ਹਰਨੀਆਂ, ਜਿਹੜੀ ਕਿ ਥੱਲੇ ਆਪਣੀ ਲੱਤਾਂ ਦੀ ਸਾਈਡ 'ਤੇ ਔਰ ਪੇਟ ਦੇ ਥੱਲੇ ਵਾਲੇ ਹਿੱਸੇ ਦੇ ਵਿੱਚ ਆਮ ਤੌਰ 'ਤੇ ਸਾਡੀ ਜਿਹੜੀ ਟੈਸਟਿਸ ਦੇ ਮੇਲਸ ਦੇ ਵਿੱਚ ਟੈਸਟਿਸ ਦੇ ਨਾਲ ਇਹਨਾਂ ਦਾ ਸੰਬੰਧ ਹੁੰਦਾ। ਸੋ ਇਹ ਜਿਹੜੀ ਹੈ ਕਾਰਨ ਜਿਵੇਂ ਤੁਹਾਨੂੰ ਦੱਸਿਆ ਕਿ ਵੀ ਜਿਹੜੇ ਬਜ਼ੁਰਗ ਬੰਦੇ ਆਮ ਤੌਰ 'ਤੇ ਉਹਨਾਂ ਦੀ ਤੁਹਾਨੂੰ ਸਾਨੂੰ ਹਿਸਟਰੀ ਮਿਲੇਗੀ ਕਿ ਵੀ ਕਬਜ਼ੀ ਬਹੁਤ ਜ਼ਿਆਦਾ ਜਾਂ ਪਿਸ਼ਾਬ 'ਚ ਬਹੁਤ ਜ਼ੋਰ ਲਗਾਉਂਦੇ ਆ ਅਤੇ ਦੂਸਰੇ ਬੱਚਿਆਂ ਵੀ ਤਾਂ ਮਤਲਬ ਜਮਾਂਦਰੂ ਵੀ ਹੋ ਸਕਦੀ ਹੈ। ਮਿਡਲ ਏਜ ਵਿੱਚ ਵੀ ਕਈ ਵਾਰੀ ਕਈ ਕਾਰਨ ਹੁੰਦੇ ਔਰ ਕਈ ਵਾਰੀ ਕੋਈ ਕਾਰਨ ਨਹੀਂ ਹੁੰਦਾ, ਵੈਸੇ ਕੋਈ ਨਾ ਕੋਈ ਤਾਂ ਕਮਜ਼ੋਰ ਹੀ ਹੁੰਦੀ ਹੈ। ਕਿਸੇ ਨੂੰ ਕਈ ਵਾਰ ਪੇਟ ਨੂੰ ਸੱਟ ਲੱਗੀ ਹੈ, ਕਈ ਵਾਰੀ ਕੋਈ ਪੁਰਾਣਾ ਓਪਰੇਸ਼ਨ ਹੋਇਆ ਓਪਰੇਸ਼ਨ ਦੇ ਵਿੱਚ ਵੀ ਕਿਸੇ ਨਾਲ ਕੋਈ ਇਨਫੈਕਸ਼ਨ ਹੋ ਗਈ ਜਾਂ ਪੂਰੀ ਜਿਹੜੀ ਅਬਡੋਮੀਨਲ ਵਾਲ ਦੀ ਰਿਪੇਅਰ ਠੀਕ ਤਰ੍ਹਾਂ ਨਹੀਂ ਹੋਈ ਅਤੇ ਉਹਨਾਂ ਵਿੱਚ ਵੀ ਹਰਨੀਆਂ ਬਣ ਜਾਂਦਾ ਜਿਹਨਾਂ ਨੂੰ ਅਸੀਂ ਇੰਸੀਜਨਲ ਹਰਨੀਆਂ ਕਹਿੰਦੇ ਹਾਂ। ਸੋ ਜਿਹੜੇ ਕਾਮਨਸ ਹੈਗੇ ਉਹ ਤਾਂ ਹੈਗੇ ਇੰਗੋਇਲਨ ਹਰਨੀਆਂ ਔਰ ਇਹਨਾਂ ਦੀ ਵੀ ਕੋਈ ਦਵਾਈਆਂ ਨਾਲ ਕੋਈ ਇਲਾਜ ਨਹੀਂ ਹੈ। ਪਹਿਲਾਂ ਲੋਕ ਬੈਲਟਸ ਬੰਨ ਲੈਂਦੇ ਸੀ, ਪ੍ਰੈਸ਼ਰ ਪਾ ਲੈਂਦੇ ਸੀ, ਉਹ ਨੁਕਸਾਨ ਕਰਦੀਆਂ, ਉਹੋ ਜਿਹਾ ਕੰਮ ਬਿਲਕੁਲ ਨਹੀਂ ਕਰਨਾ ਚਾਹੀਦਾ। ਸੋ ਇਹਦਾ ਜਿੰਨੀ ਛੇਤੀ ਤੋਂ ਛੇਤੀ ਹੋ ਸਕੇ ਆਪਣਾ ਟੈਸਟ ਵਗੈਰਾ ਕਰਵਾ ਕੇ ਇਹਦਾ ਓਪਰੇਸ਼ਨ ਹੀ ਕਰਾਉਣਾ ਚਾਹੀਦਾ। ਔਰ ਜਿਹੜੇ ਅਬਡੋਮੀਨਲ ਵਾਲ ਵਾਲੇ ਹਰਨੀਆਂ ਅੱਜ ਕੱਲ੍ਹ ਹਰਨੀ ਉਹ ਉਹਨਾਂ ਦਾ ਵਿੱਚ ਵੀ ਓਪਰੇਸ਼ਨ ਦੀ ਲੋੜ ਹੀ ਹੁੰਦੀ ਹੈ ਕਿਉਂਕਿ ਉਹਦੇ ਵਿੱਚ ਅੰਤੜੀਆਂ ਆ ਕੇ ਕਈ ਵਾਰੀ ਫਸ ਜਾਂਦੀਆਂ ਔਰ ਓਬਸਟ੍ਰਕਸ਼ਨ ਜਿਹਨੂੰ ਅਸੀਂ ਓਬਸਟ੍ਰਕਟਿਡ ਹਰਨੀਆਂ ਕਹਿੰਦੇ ਹਾਂ ਉਹ ਹੋ ਜਾਂਦਾ ਔਰ ਕਈ ਵਾਰੀ ਤਾਂ ਜਿਹੜੀਆਂ ਅੰਤੜੀਆਂ ਆ ਕੇ ਵਿੱਚ ਆਈਆਂ ਹੋਣ ਔਰ ਉਹ ਵਾਪਸ ਪੇਟ ਦੇ ਵਿੱਚ ਨਾ ਜਾ ਸਕਣ ਅਤੇ ਉਹਨਾਂ ਵਿੱਚ ਗੈਂਗਰੀਨ ਹੋਣ ਦਾ ਵੀ ਖਤਰਾ ਰਹਿੰਦਾ। ਸ਼ੁਰੂ ਦੇ ਜਿਹੜੇ ਸਟੇਜਿਸ ਹੁੰਦੀ ਹੈ ਉਹਦੀ ਤਾਂ ਆਮ ਤੌਰ 'ਤੇ ਮਰੀਜ਼ ਆ ਕੇ ਕਹਿੰਦਾ ਜੀ ਜਦੋਂ ਮੈਂ ਖੜ੍ਹਾ ਹੁੰਦਾ ਜਾਂ ਚੱਲਦਾ ਤਾਂ ਮੇਰੇ ਨਲ ਜਿਹੜੇ ਸੁੱਜ ਜਾਂਦੇ ਹਨ ਔਰ ਜਦੋਂ ਮੈਂ ਲੇਟ ਜਾਂਦਾ ਜਾਂ ਸੋ ਜਾਂਦਾ ਅਤੇ ਉਦੋਂ ਜਿਹੜਾ ਜਦੋਂ ਸਵੇਰੇ ਉੱਠਦਾ ਉਦੋਂ ਸਵੈਲਿੰਗ ਗਾਇਬ ਹੁੰਦੀ ਹੈ। ਉੱਦਾਂ ਇਹ ਹੁੰਦਾ ਕਿ ਜਦੋਂ ਬੰਦਾ ਲੇਟ ਜਾਂਦਾ ਪ੍ਰੈਸ਼ਰ ਵਗੈਰਾ ਪੇਟ 'ਤੇ ਨਹੀਂ ਹੁੰਦਾ ਅਤੇ ਉਹ ਆਸਤੇ ਆਸਤੇ ਅੰਤੜੀਆਂ ਜਾਂ ਜਿਹੜਾ ਪਾਣੀ ਥੱਲੇ ਵਧਿਆ ਹੋਇਆ ਜਾਂ ਮੋਮੈਂਟਮ ਇੱਕ ਚਿੱਲੀ ਹੁੰਦੀ ਪੇਟ ਦੀ ਉਹ ਅਗਰ ਥੱਲੇ ਆ ਜਾਂਦੀ ਹੈ ਤਾਂ ਜਦੋਂ ਬੰਦਾ ਲੇਟਦਾ ਉਹ ਆਸਤੇ ਆਸਤੇ ਕਰਕੇ ਉੱਪਰ ਚਲੇ ਜਾਂਦੀ ਹੈ ਔਰ ਕਈ ਵਾਰ ਤਾਂ ਮਰੀਜ਼ ਆ ਕੇ ਦੱਸਦੇ ਸੀ ਕਿ ਜਦੋਂ ਮੈਂ ਜ਼ਿਆਦਾ ਮੇਰੀ ਜਿਹੜੀ ਉਹ ਇਹ ਸਵੈਲਿੰਗ ਵੱਧ ਜਾਏ ਅਤੇ ਮੈਂ ਲੇਟ ਕੇ ਆਪਣੇ ਆਪ ਜਿਹੜਾ ਹਰਨੀਆਂ ਉਹਨੂੰ ਦਬਾ ਕੇ ਅੰਦਰ ਵੀ ਕਰ ਲੈਂਦਾ। ਸੋ ਇਹਦੇ ਵਿੱਚ ਆਮ ਤੌਰ 'ਤੇ ਫਿਰ ਓਪਰੇਸ਼ਨ ਕਰਨ ਦੀ ਲੋੜ ਹੀ ਪੈਂਦੀ ਹੈ ਔਰ ਓਪਰੇਸ਼ਨ ਵੀ ਉਹਦੇ ਵਿੱਚ ਕਈ ਤਰ੍ਹਾਂ ਦੇ ਆ, ਓਪਨ ਓਪਰੇਸ਼ਨ ਵੀ ਹੈ ਔਰ ਦੂਰਬੀਨ ਨਾਲ ਓਪਰੇਸ਼ਨ ਵੀ ਹੁੰਦੇ ਆ ਔਰ ਇਹਨਾਂ ਵਿੱਚ ਜਿਹੜੀ ਹੈ ਇੱਕ ਜਾਲੀ ਦੀ ਅਸੀਂ ਵਰਤੋਂ ਕਰਦੇ ਹਾਂ ਜਿਹੜੀ ਮੈਸ਼ ਜਿਹਨੂੰ ਅਸੀਂ ਅੰਗਰੇਜ਼ੀ 'ਚ ਕਹੀ ਦੀ ਹੈ। ਸੋ ਇਹ ਅਸੀਂ ਹਰਨੀਆਂ ਨੂੰ ਪੇਟ 'ਚ ਵਾਪਸ ਪਾ ਕੇ ਜਿਹੜੀ ਕਮਜ਼ੋਰ ਜਗ੍ਹਾ ਹੈ ਉਹਦੇ 'ਚ ਅਸੀਂ ਜਾਲੀ ਉਹਦੇ 'ਚ ਲਗਾ ਦਿੱਤੀ ਜਾਂਦੀ ਹੈ
ਤਾਂ ਕਿ ਹਰਨੀਆ ਜਿਹੜਾ ਦੁਬਾਰਾ ਨਾ ਹੋ ਸਕੇ। ਸੋ ਇਹ ਸੀ ਮਤਲਬ ਹਰਨੀਆ ਦੇ ਬਾਰੇ 'ਚ।